ਰੋਪੜ ਵਿਖੇ ਪਿਛਲੇ ਦਿਨਾਂ ਵਿੱਚ ਹੋਈਆਂ ਚੋਰੀਆਂ ਨੂੰ ਲੈ ਕੇ ਹੁਣ ਪੁਲਿਸ ਮੁਸਤੈਦ ਹੋ ਚੁੱਕੀ ਹੈ। ਰੋਪੜ ਦੇ SSP ਗੁਰਨੀਤ ਕਰੋਣਾ ਵੱਲੋਂ ਚੋਰਾਂ ਨੂੰ ਕਾਬੂ ਕਰਨ ਦੇ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਰੋਪੜ ਦੇ ਬੇਲਾ ਚੌਂਕ ਵਿਖੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਲੋਕਾਂ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸਭ ਨੂੰ ਪਤਾ ਹੈ ਕਿ ਪਿਛਲੇ ਦਿਨੀਂ ਘੱਟੋ ਘੱਟ 4-5 ਚੋਰੀਆਂ ਲਗਾਤਾਰ ਹੋਈਆਂ ਸਨ, ਜਿਸ ਨਾਲ ਲੋਕਾਂ ਦੇ ਵਿੱਚ ਬੜਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹਰ ਦੁਕਾਨਦਾਰ ਨੂੰ ਡਰ ਪਿਆ ਰਹਿੰਦਾ ਹੈ ਕਿ ਉਹਨਾਂ ਦੀ ਦੁਕਾਨ 'ਤੇ ਪਤਾ ਨਹੀਂ ਕਿਹੜੇ ਵੇਲੇ ਚੋਰੀ ਹੋ ਜਾਵੇ, ਕਿਉਂਕਿ ਨਸ਼ਈ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ, ਜਿਸ ਕਰਕੇ ਸ਼ਹਿਰ ਵਿੱਚ ਚੋਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ। ਕੁਝ ਨਸ਼ਈ ਆਪਣੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ, ਪੈਸੇ ਦੀ ਘਾਟ ਨੂੰ ਪੂਰਾ ਕਰਨ ਲਈ ਛੋਟੀਆਂ ਮੋਟੀਆਂ ਚੋਰੀਆਂ ਨੂੰ ਅੰਜਾਮ ਤਾਂ ਦਿੰਦੇ ਸਨ, ਪਰ ਹੁਣ ਸ਼ਹਿਰ ਵਿੱਚ ਜਦੋਂ ਵੱਡੀਆਂ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਪੁਲਿਸ ਲਈ ਵੀ ਸਵਾਲ ਖੜ੍ਹਾ ਹੋ ਗਿਆ ਹੈ। ਹੁਣ ਦੇਖਦੇ ਹਾਂ ਕਿ ਪੁਲਿਸ ਕਦੋਂ ਤੱਕ ਜਿਹੜੇ ਚੋਰਾਂ ਨੂੰ ਕਾਬੂ ਕਰਦੀ ਹੈ। ਪੁਲਿਸ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਇਸ ਬਾਰੇ SSP ਗੁਰਨੀਤ ਸਿੰਘ ਖੁਰਾਣਾ ਵੱਲੋਂ ਵਿਸ਼ੇਸ਼ ਗੱਲਬਾਤ ਦੌਰਾਨ ਕੀ ਕਿਹਾ, ਆਓ ਸੁਣ ਲੈਂਦੇ ਹਾਂ। ਗੱਡੀ ਵਾਲਿਆਂ ਨੇ ਕੀਤੀਆਂ ਸੀ ਵਾਰਦਾਤਾਂ, ਉਹ ਉਹਨਾਂ ਦੀ ਰਿਕਵਰੀ ਹੋ ਗਈ ਹੈ ਉੱਥੇ। ਬਾਕੀ ਜਿਹੜੀ ਸਾਡੀ ਮੋਬਾਈਲ ਫੋਨ ਜਿਹੜਾ ਹੈਗੀ ਜੋ ਸ਼ੋਪ 'ਤੇ ਹੋਈ ਸੀ ਰਿਕਵਰੀ, ਉਹ ਚੋਰੀ ਹੋਈ ਸੀ, ਉਹਦੇ ਰਿਗਾਰਡਿੰਗ ਸਾਡੀ ਹਜੇ ਤਫਤੀਸ਼ ਚੱਲ ਰਹੀ ਹੈ। ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਚੱਲ ਰਹੀ ਕਿ ਉਹ ਗੈਂਗ ਉਹਦੇ ਨਾਲ ਰਿਲੇਟਡ ਹੈ ਜਾਂ ਨਹੀਂ ਹੈ, ਜੋ ਵੀ ਗੱਲ ਸਾਹਮਣੇ ਆਏਗੀ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਕ ਵਾਰੀ ਗੱਲ ਕਰਨਾ ਚਾਹੁੰਦਾ, ਜਿਹੜਾ ਆਪਣਾ ਪਿੱਛੇ ਇੱਕ ਗਿਰੋਹ ਜਿਹਨੇ ਇੱਥੇ ਕਾਫੀ ਵਾਰਦਾਤਾਂ ਕੀਤੀਆਂ ਸੀਗੀਆਂ, ਉਹ ਪੰਜਾਬ ਸਮੂਹ ਪੰਜਾਬ ਵਿੱਚ ਉਹਨੇ ਕਾਫੀ ਵਾਰਦਾਤਾਂ ਕੀਤੀਆਂ ਸੀਗੀਆਂ। ਸੋ ਅਲਰਟ ਤੋਂ ਬਾਅਦ ਉਹ ਬੰਦੇ ਜਿਹੜੇ ਹੈਗੇ ਨੇ ਗ੍ਰਿਫਤਾਰ ਹੋ ਗਏ ਨੇ ਸੰਗਰੂਰ ਵਿੱਚ, ਔਰ ਉਹਨਾਂ ਦੇ ਗਿਰੋਹ ਦੇ 4 ਬੰਦੇ ਅਤੇ ਜਿਹੜੀ ਗੱਡੀ ਸੀਗੀ ਉਹ ਵੀ ਬਰਾਮਦ ਹੋ ਗਈ ਹੈ। ਹੁਣ ਅੱਗੇ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਕਿ ਉਹਨਾਂ ਨੇ ਕਿੱਥੇ ਕਿੱਥੇ ਜਿਹੜੀਆਂ ਹੈਗੀਆਂ ਨੇ ਵਾਰਦਾਤਾਂ ਕੀਤੀ। ਕਾਫੀ ਵਾਰਦਾਤਾਂ ਉਹਨਾਂ ਨੇ ਮੰਨੀਆਂ ਵੀ ਹੈਗੀਆਂ ਨੇ, ਉਹਨਾਂ ਨੂੰ ਅਸੀਂ ਵੀ ਲੈ ਕੇ ਆਵਾਂਗੇ ਪ੍ਰੋਟੈਕਸ਼ਨ ਵਾਰੰਟ 'ਤੇ, ਔਰ ਉਹਨਾਂ ਦੇ ਕੋਲੋਂ ਪੁੱਛਗਿੱਛ ਹੋਣਗੀਆਂ। ਸਹੀ, ਬਾਕੀ ਜਿਹੜੇ ਇੰਸੀਡੈਂਟ ਹੈਗੇ ਨੇ ਉਹਦੇ ਵਾਸਤੇ ਸਾਡੀ ਤਫਤੀਸ਼ ਜਿਹੜੀ ਹੈ ਚੱਲ ਰਹੀ ਹੈਗੀ। ਅੱਜ ਵੀ ਸਾਡੀ SIT ਨੇ ਕਾਫੀ ਡੂੰਘਾਈ ਦੇ ਨਾਲ ਸਾਰਾ ਰਿਕਾਰਡ ਪੜਤਾਲ ਜਿਹੜਾ ਕੀਤਾ ਹੈਗਾ, ਜਿਹੜੇ ਸਾਡੇ ਕੋਲ ਟੈਕਨੀਕਲ ਗੈਜਟਸ ਹੈਗੇ ਨੇ, IFS ਹੋ ਗਿਆ, ਹੋਰ ਵੀ ਦੂਜੇ ਜਿਹੜੇ ਗੈਜਟਸ ਹੈਗੇ ਨੇ ਉਹਨਾਂ ਦਾ ਇਸਤੇਮਾਲ ਕਰ ਰਹੇ ਹੈਗੇ ਆ, ਔਰ ਜਲਦ ਤੋਂ ਜਲਦ ਉਹਦਾ ਵੀ ਆਪਾਂ ਰਿਜ਼ਲਟ, ਜਿਹੜਾ ਦੂਜੀ ਚੋਰੀ ਹੈਗੀ ਹੈ ਉਹਦੀ ਵੀ ਆਪਾਂ ਟਰੇਸ ਕਰਾਂਗੇ। ਆਪਾਂ ਪੂਰੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਇੱਕ ਸਰਪ੍ਰਾਈਜ਼ ਨਾਕਾਬੰਦੀ ਕੀਤੀ ਹੈਗੀ ਹੈ, ਔਰ ਸਪੈਸ਼ਲੀ ਜਿਹੜਾ ਹੈਗਾ ਰੋਪੜ ਸ਼ਹਿਰ ਨੂੰ ਆਪਾਂ ਫੋਕਸ ਕੀਤਾ ਹੈਗਾ, ਜਿਹਦੇ ਵਿੱਚ ਵੱਖ ਵੱਖ ਥਾਵਾਂ 'ਤੇ ਨਾਕੇ ਲਗਾ ਕਰਕੇ ਆਪਾਂ ਚੈਕਿੰਗ ਕਰ ਰਹੇ ਹੈਗੇ, ਜਿਹਦੇ ਵਿੱਚ ਸਾਡਾ ਮੇਨ ਮਕਸਦ ਹੈਗਾ ਕਿ ਜਿਹੜੇ ਮਾੜੇ ਅੰਸਰ ਹੈਗੇ ਨੇ ਬਿਨਾਂ ਨੰਬਰ ਦੀ ਪਲੇਟ ਵਾਲੇ ਜਿਹੜੇ ਹੈਗੇ ਨੇ, ਜਾਂ ਟ੍ਰਿਪਲ ਰਾਈਡਿੰਗ ਜਿਹੜੇ ਕਰ ਰਹੇ ਨੇ, ਜਾਂ ਪੋਰ ਰਾਈਡਿੰਗ ਕਰ ਰਹੇ ਹੈਗੇ ਨੇ, ਉਹਨਾਂ ਨੂੰ ਚੈੱਕ ਕਰੀਏ, ਉਹਨਾਂ 'ਤੇ ਦਬਿਸ਼ ਬਣਾਈਏ, ਔਰ ਕਾਫੀ ਚੰਗਾ ਕੰਮ ਜਿਹੜਾ ਹੈਗਾ ਇੱਥੇ ਚੱਲ ਰਿਹਾ ਹੈਗਾ। ਮੈਂ ਦੇਖਿਆ ਚੈਕਿੰਗ ਪ੍ਰੋਪਰਲੀ ਹੋ ਰਹੀ ਹੈਗੀ, ਇਸ ਤੋਂ ਇਲਾਵਾ ਵੀ ਸਾਡੇ ਨਾਕੇ ਜਿਹੜੇ ਹੈਗੇ ਲੱਗੇ ਹੋਏ ਨੇ, ਮੈਂ ਉੱਧਰ ਚੈਕਿੰਗ ਵਾਸਤੇ ਜਾਊਂਗਾ। ਸੋ ਮੇਨ ਜੋ ਆਪਣਾ ਫੋਕਸ ਹੈਗਾ ਉਹ ਹੈਗਾ ਕਿ ਜੋ ਬਿਨਾਂ ਨੰਬਰੀ ਗੱਡੀਆਂ ਹੈਗੀਆਂ ਨੇ, ਚਾਹੇ ਉਹ 2-ਵੀਲਰ ਹੋਣ ਚਾਹੇ ਉਹ 4-ਵੀਲਰ ਹੋਣ, ਉਹਨਾਂ ਨੂੰ ਚੈੱਕ ਕਰਕੇ ਉਹਨਾਂ ਨੂੰ ਇੰਪਾਊਂਡ ਕੀਤਾ ਜਾਵੇ, ਔਰ ਮਾੜੇ ਅੰਸਰ 'ਤੇ ਮਿਲੇ।